ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅਨੁਰਾਗ ਸ਼ਰਮਾ। ਇੱਕ ਵਾਰ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚੋਣ ਦੰਗਲ ਦੇ ਵਿੱਚ। ਤੁਸੀਂ ਸਾਰੇ ਜਾਣਦੇ ਹੋ ਕਿ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆ। ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ। ਸੋ ਦੋਸਤੋ, ਹੁਣ ਸਾਡੇ ਨਾਲ ਮੌਜੂਦ ਨੇ ਵਿਧਾਨ ਸਭਾ ਹਲਕਾ ਜੀਰਾ ਤੋਂ ਸਰਦਾਰ ਕੁਲਵੀਰ ਸਿੰਘ ਜੀਰਾ, ਕਾਂਗਰਸ ਪਾਰਟੀ ਦੇ ਉਮੀਦਵਾਰ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਡੇ ਤੋਂ ਸਿੱਧਾ ਸਵਾਲ ਕਰਦਾ, ਕਿਉਂਕਿ ਟਾਈਮ ਤੁਹਾਡੇ ਕੋਲ ਵੀ ਘੱਟ ਹੁੰਦਾ ਜੀ। ਤੁਸੀਂ ਕਿਹੜੇ ਮਨੋਰਥ ਨੂੰ ਲੈ ਕੇ ਇਸ ਟਾਈਮ, ਕਿਹੜੇ ਮਤਲਬ ਵਾਅਦਿਆਂ ਨੂੰ ਲੈ ਕੇ ਤੁਸੀਂ ਸਰ ਜਨਤਾ ਦੇ ਵਿੱਚ ਵਿਚਰ ਰਹੇ ਹੋ? ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ 92 ਅਤੇ 97 ਦੇ ਵਿੱਚ ਮੇਰੇ ਪਿਤਾ ਜੀ 2 ਵਾਰ MLA ਬਣੇ, ਔਰ ਅਸੀਂ MLA ਬਣ ਕੇ ਨਹੀਂ, ਲੋਕਾਂ ਦੇ ਸੇਵਾਦਾਰ ਬਣ ਕੇ ਕੰਮ ਕੀਤਾ। ਔਰ ਮੰਤਰੀ ਦੀ ਕੁਰਸੀ ਤੋਂ ਜੀਰਾ ਸਾਹਿਬ ਨੇ ਅਸਤੀਫਾ ਦਿੱਤਾ। ਕੋਈ ਪਿੰਡ ਦੀ ਸਰਪੰਚੀ ਤੋਂ ਅਸਤੀਫਾ ਨਹੀਂ ਦਿੰਦਾ, ਉਹ ਸਿਰਫ ਅਣਖ ਦੀ ਖਾਤਰ, ਕਿਉਂਕਿ ਬਾਦਲ ਪਰਿਵਾਰ ਰਿਸ਼ਵਤਖੋਰ ਪਰਿਵਾਰ ਸੀ, ਔਰ ਇਸ ਕਰਕੇ ਅਸੀਂ ਬਾਦਲ ਪਰਿਵਾਰ ਦਾ ਸਾਥ ਛੱਡਿਆ। ਔਰ ਉਦੋਂ ਤੋਂ ਲੈ ਕੇ ਅੱਜ 18 ਸਾਲ ਦੇ ਕਰੀਬ ਹੋ ਗਏ ਨੇ, ਔਰ ਸਾਡੇ ਮਨ ਦੇ ਵਿੱਚ ਇਹ ਸੀ ਕਿ ਜੋ ਲੋਕਾਂ ਨੇ ਉਦੋਂ ਤੋਂ ਸਾਡੇ 'ਤੇ ਅਹਿਸਾਨ ਕੀਤੇ, ਸਾਡੇ ਪਰਿਵਾਰ 'ਤੇ, ਪਿਤਾ ਜੀ ਨੂੰ 2 ਵਾਰ MLA ਬਣਾਇਆ ਕਿ ਅਸੀਂ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰ ਸਕੀਏ ਅਤੇ ਅਧੂਰੇ ਪਏ ਜੀਰੇ ਹਲਕੇ ਦੇ ਕੰਮ ਪੂਰੇ ਕਰ ਸਕੀਏ। ਅੱਜ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ, ਤੁਹਾਡੇ ਹਲਕੇ 'ਚ ਵਿਚਰੇ ਹਾਂ, ਲੋਕਾਂ ਦੀ ਗੱਲਬਾਤ ਸੁਣੀ ਹੈ, ਅਤੇ ਉਹਨਾਂ ਦੇ ਲਈ ਤੁਹਾਡੇ ਦਿਲ ਉਹਨਾਂ ਦੇ ਦਿਲ ਵਿੱਚ ਤੁਹਾਡੇ ਲਈ ਪਿਆਰ ਬਹੁਤ ਹੈ, ਪਰ ਤੁਹਾਡੇ ਹਲਕੇ ਦਾ ਵਿਕਾਸ ਬਹੁਤ ਘੱਟ ਹੋਇਆ। ਹਰੀ ਸਿੰਘ ਜੀਰਾ ਜੋ ਅਕਾਲੀ ਦਲ ਦਾ MLA ਆ, ਉਹ 5 ਵਾਰ MLA ਬਣਿਆ, ਔਰ ਕਰੀਬ ਉਹਨਾਂ ਦੀ ਉਮਰ 85 ਸਾਲ ਦੇ ਨੇੜੇ ਆ, ਔਰ ਉਦੋਂ ਤੋਂ ਲੈ ਕੇ ਅਜੇ ਤੱਕ ਸਾਡੇ ਹਲਕੇ 'ਚ ਕੋਈ ਵਿਕਾਸ ਨਹੀਂ ਹੋਇਆ। ਔਰ ਤੁਸੀਂ ਵੀ ਦੇਖਿਆ ਹੋਊਗਾ ਕਿ ਵਿਧਾਨ ਸਭਾ ਦੇ ਵਿੱਚ ਇੱਕ ਗੂੰਗੇ ਨਾਂ ਦੇ ਨਾਲ ਜਾਣਿਆ ਜਾਣ ਵਾਲਾ ਹਰੀ ਸਿੰਘ ਜੀਰਾ, ਕਿ ਜਿਹਨੇ ਕਦੀ ਆਪਦੇ ਹਲਕੇ ਦੀ ਆਵਾਜ਼ ਨੂੰ ਨਹੀਂ ਉਠਾਇਆ, ਔਰ ਇਸ ਕਰਕੇ ਸਾਡਾ ਹਲਕਾ ਬਹੁਤ ਪਛੜਿਆ ਹੋਇਆ ਹੈ। ਔਰ ਮੈਂ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਵਿਧਾਨ ਸਭਾ ਦੇ ਵਿੱਚ ਜਾਂਦਿਆਂ ਹੋਇਆਂ ਹੀ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਾਂਗਾ ਉਹ ਮੈਂ ਆਪਦੇ ਗੁਰੂ ਦੀ ਗੱਲ ਕਰਾਂਗਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂਗਾ, ਕਿਉਂਕਿ ਜੋ ਬਰਗਾੜੀ ਦੇ ਵਿੱਚ ਕਾਂਡ ਹੋਇਆ ਔਰ ਉਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹ ਫਾਈਲ ਅਕਾਲੀ ਦਲ ਨੇ ਅਜੇ ਤੱਕ ਠੱਪ ਕੀਤੀ ਹੈ। ਔਰ ਸਭ ਤੋਂ ਪਹਿਲਾ ਸਵਾਲ ਜਿਹੜਾ ਮੇਰਾ ਵਿਧਾਨ ਸਭਾ 'ਚ ਹੋਵੇਗਾ ਉਹ ਇਹ ਹੀ ਹੋਵੇਗਾ ਕਿ ਉਹਨਾਂ ਨੂੰ ਸਜ਼ਾ ਦਵਾਈ ਜਾਵੇ, ਅਤੇ ਉਸ ਤੋਂ ਬਾਅਦ ਜੋ ਮੇਰਾ ਹਲਕਾ ਪਛੜਿਆ ਸ਼ਬਦ ਆ ਜਿਸ ਦੇ ਨਾਲ ਲੱਗਾ, ਔਰ ਉਹ ਸ਼ਬਦ ਨੂੰ ਦੂਰ ਕੀਤਾ ਜਾਵੇ, ਔਰ ਆਪਣੇ ਹਲਕੇ ਦਾ ਵਿਕਾਸ ਕਰਾਵਾਂਗਾ ਔਰ ਹਲਕੇ ਲਈ ਦਿਨ ਭੁਰ ਰਾਤ ਇੱਕ ਕਰਾਂਗਾ। ਇਹ ਤਾਂ ਰਹੀ ਧਰਮ ਦੀ ਗੱਲ ਜੀ, ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਕਿ ਅਕਾਲੀ ਦਲ ਸਰਕਾਰ ਜਿਹੜੀ ਅੱਜ ਵਿਕਾਸ ਦੇ ਮੁੱਦੇ ਨੂੰ ਲੈ ਕੇ ਲੜ ਰਹੀ ਹੈ ਕਿ ਅਸੀਂ ਵਿਕਾਸ ਕੀਤਾ, ਤੁਸੀਂ ਵਿਕਾਸ ਦੇ ਕਿਹੜੇ ਕੰਮ ਅਜਿਹੇ ਸੋਚਦੇ ਹੋ ਜਿਹੜੇ ਤੁਹਾਡੇ ਹਲਕੇ ਨੂੰ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਨੇ? ਸਭ ਤੋਂ ਪਹਿਲਾਂ ਤਾਂ ਸਾਡੇ ਜੀਰੇ ਦੇ ਵਿੱਚ ਕਰੀਬ 8 ਏਕੜ ਦੇ ਨੇੜੇ ਜ਼ਮੀਨ ਆ, ਔਰ ਜਿਸ ਦੇ ਉੱਪਰ ਸਾਰੇ ਹੀ ਦਫ਼ਤਰ ਇੱਥੇ ਸਨ ਔਰ ਕਚਹਿਰੀਆਂ ਇੱਥੇ ਸਨ, ਔਰ ਹਰੀ ਸਿੰਘ ਜੀਰਾ ਨੇ ਆਪਣੇ ਘਰ ਦੇ ਕੋਲ ਲੈ ਗਿਆ ਸਿਰਫ ਆਪਣੀ ਜ਼ਮੀਨ ਦਾ ਰੇਟ ਵਧਾਉਣ ਲਈ। ਔਰ ਜੀਰੇ ਵਾਲਿਆਂ ਨਾਲ ਮੈਂ ਵਾਅਦਾ ਕੀਤਾ ਹੈ ਕਿ ਜੇ ਜੀਰੇ ਵਾਲਿਆਂ ਨੇ ਮੈਨੂੰ ਮਾਣ ਬਖਸ਼ਿਆ, ਇਲਾਕੇ ਦਾ ਸੇਵਾਦਾਰ ਬਣਾਇਆ, ਤਾਂ ਸਭ ਤੋਂ ਪਹਿਲਾਂ ਮੈਂ ਜੀਰੇ ਦੀਆਂ ਕਚਹਿਰੀਆਂ ਵਾਪਸ ਲੈ ਕੇ ਆਵਾਂਗਾ। ਔਰ ਮੈਂ ਵਾਅਦਾ ਹੈ ਜੀਰੇ ਵਾਲਿਆਂ ਨਾਲ ਕਿ ਜੇ ਤੁਸੀਂ ਸੇਵਾਦਾਰ ਬਣਾਓਗੇ ਤਾਂ ਸਭ ਤੋਂ ਪਹਿਲਾਂ ਕਚਹਿਰੀਆਂ, ਉਸ ਤੋਂ ਬਾਅਦ ਜੋ ਹੋਸਪਿਟਲ ਮੇਰੇ ਪਿਤਾ ਜੀ ਨੇ ਮੰਤਰੀ ਹੁੰਦਿਆਂ ਬਣਵਾਇਆ ਉਹਦੇ ਵਿੱਚ ਕੋਈ ਡਾਕਟਰ ਨਾਂ ਦੀ ਚੀਜ਼ ਨਹੀਂ, ਕੋਈ ਐਂਬੂਲੈਂਸ ਨਹੀਂ, ਔਰ ਸਭ ਕੁਛ ਜਿਹੜਾ ਹੈ ਉਹ ਠੱਪ ਪਿਆ ਹੈ। ਔਰ ਪਹਿਲ ਦੇ ਆਧਾਰ 'ਤੇ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਕਿਸੇ ਨੂੰ ਜਿਹੜੀ ਨਹੀਂ ਮਿਲਦੀ, ਔਰ ਸਭ ਤੋਂ ਪਹਿਲਾਂ ਜੀਰੇ ਦੇ ਹੋਸਪਿਟਲ 'ਚ ਡਾਕਟਰ ਪੂਰੇ ਹੋਣਗੇ, ਔਰ ਹਰ ਜਿਹੜਾ ਡਾਕਟਰ ਹੈ ਉਹ ਜੀਰੇ ਹੋਸਪਿਟਲ 'ਚ ਮਿਲੂਗਾ, ਔਰ ਲੋਕਾਂ ਨੂੰ ਤਾਂ ਕਿ ਪਾਸੇ ਨਾ ਜਾਣਾ ਪਵੇ, ਹਰ ਇੱਕ ਦਾ, ਗਰੀਬ ਦਾ, ਅਮੀਰ ਦਾ ਇਲਾਜ ਇੱਥੇ ਹੋ ਸਕੇ। ਅਤੇ ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਨੌਜਵਾਨਾਂ ਨੂੰ ਆਉਂਦੀ ਹੈ, ਸਾਡੇ ਜੀਰੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗਰਾਊਂਡ ਨਹੀਂ। ਅੱਜ ਹਰੀ ਸਿੰਘ ਜੀਰੇ ਦਾ ਪੋਤਰਾ ਉਹ ਕਿੱਟਾਂ ਵੰਡ ਰਿਹਾ ਹੈ ਨੌਜਵਾਨਾਂ ਨੂੰ, ਔਰ ਉਹ ਜਿਹੜੀ ਕਿੱਟ ਵੰਡ ਰਿਹਾ ਹੈ ਉਹ ਮੁੰਡੇ ਮੋਢੇ 'ਤੇ ਪਾ ਕੇ ਤੁਰੇ ਫਿਰਦੇ ਨੇ, ਕਿਉਂਕਿ ਖੇਡਣ ਲਈ ਗਰਾਊਂਡ ਕੋਈ ਨਹੀਂ। ਔਰ ਸਭ ਤੋਂ ਪਹਿਲਾਂ ਗਰਾਊਂਡ ਦਾ ਪ੍ਰਬੰਧ ਕਰਾਂਗਾ, ਔਰ ਪਾਰਕ ਸਾਡੇ ਜੀਰੇ 'ਚ ਨਹੀਂ ਹੈਗਾ ਗਾ। ਔਰ ਸਭ ਤੋਂ ਪਹਿਲਾਂ ਜੀਰਾ ਸ਼ਹਿਰ ਨਿਵਾਸੀਆਂ ਲਈ ਔਰ ਮੱਲਾਂ ਵਾਲਾ ਨਿਵਾਸੀਆਂ ਲਈ ਔਰ ਮਖੂਲੀ 3 ਸ਼ਹਿਰ ਪੈਂਦੇ ਨੇ, ਤਿੰਨਾਂ ਸ਼ਹਿਰਾਂ ਦੇ ਵਿੱਚ ਗਰਾਊਂਡ ਅਤੇ ਪਾਰਕ ਹੋਊਗਾ ਜਿੱਥੇ ਸਾਡੇ ਬੱਚੇ ਜਾ ਕੇ ਖੇਡ ਸਕਿਆ ਕਰਨ, ਸਾਡੀਆਂ ਫੈਮਲੀਆਂ ਜਾ ਕੇ ਬੈਠ ਸਕਿਆ ਕਰਨ, ਕਿਉਂਕਿ ਸਭ ਤੋਂ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਉਹ ਇਹ ਨੇ। ਮੈਂ ਸਭ ਤੋਂ ਪਹਿਲਾਂ ਇਹ ਜਿਹੜੀਆਂ ਲੋਕਾਂ ਦੀਆਂ ਮੰਗਾਂ ਨੇ ਉਹਨਾਂ 'ਤੇ ਪੂਰਾ ਲੱਥਾਂਗਾ। ਤੁਸੀਂ ਨੌਜਵਾਨ ਯੂਥ ਦੇ ਤੁਸੀਂ ਆਗੂ ਹੋ, ਅਤੇ ਨੌਜਵਾਨਾਂ ਦੇ ਰੋਜ਼ਗਾਰ ਲਈ ਤੁਸੀਂ ਖੇਡ ਦੀ ਗੱਲ ਕੀਤੀ, ਹੁਣ ਰੋਜ਼ਗਾਰ ਲਈ ਤੁਸੀਂ ਪਹਿਲੇ ਕਦਮ ਕੀ ਚੁੱਕੋ, ਕਿਉਂਕਿ ਰੋਜ਼ਗਾਰ ਦੀ ਅੱਜ ਸਭ ਤੋਂ ਵੱਡੀ ਘਾਟ ਹੈ ਸਾਡੇ ਪੰਜਾਬ ਦੇ ਵਿੱਚ? ਸਭ ਤੋਂ ਪਹਿਲਾਂ ਮੈਂ ਛੋਟੀ ਛੋਟੀਆਂ ਇੰਡਸਟਰੀਆਂ ਜਿਹੜੀਆਂ ਨੇ
ਉਹ ਲਾਵਾਂਗਾ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ। ਔਰ ਉਹ ਤਾਂ ਲੱਗ ਸਕਦੀਆਂ ਨੇ ਜੇ ਮੇਰਾ ਸਾਰੇ ਜਣੇ ਸਾਥ ਦੇਣਗੇ। ਔਰ ਵੱਧ ਤੋਂ ਵੱਧ ਜੋ ਨੌਜਵਾਨ ਅੱਜ ਬੇਰੁਜ਼ਗਾਰ ਫਿਰਦਾ, ਔਰ ਮੇਰੀ ਕੋਸ਼ਿਸ਼ ਹੋਵੇਗੀ ਕਿ ਹਰ ਘਰ ਦੇ ਵਿੱਚੋਂ, ਜਿਵੇਂ ਕੈਪਟਨ ਸਾਹਿਬ ਨੇ ਕਿਹਾ ਹੈ ਕਿ ਇੱਕ ਨੌਜਵਾਨ ਨੂੰ ਨੌਕਰੀ ਦਿੱਤੀ ਜਾਊਗੀ, ਜੇ ਨੌਕਰੀ ਨਾ ਦਿੱਤੀ ਗਈ ਤਾਂ 2500 ਰੁਪਈਆ ਬੇਰੁਜ਼ਗਾਰੀ ਭੱਤਾ ਉਹ 1 ਤਰੀਕ ਨੂੰ ਉਹਨਾਂ ਦੇ ਘਰਾਂ 'ਚ ਪਹੁੰਚਿਆ ਕਰੇਗਾ। ਔਰ ਇਹ ਸਾਰਾ ਕੁਛ ਇੱਕ ਨੌਜਵਾਨ ਹੋਣ ਦੇ ਕਰਕੇ ਮੈਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜੇ ਵੀ ਮੈਂ ਪਿੰਡ ਜਾਂਦਾ ਉੱਥੇ ਹਰ ਨੌਜਵਾਨ ਇਹ ਗੱਲ ਕਹਿੰਦਾ ਕਿ ਸਾਨੂੰ ਨੌਕਰੀ ਕਦੋਂ ਮਿਲੇਗੀ। ਅਜੇ ਤੱਕ ਬਾਦਲ ਸਰਕਾਰ ਨੇ ਨਾ ਤਾਂ ਲੈਪਟੋਪ ਦਿੱਤੇ, ਨਾ ਹੀ ਬੇਰੁਜ਼ਗਾਰੀ ਭੱਤਾ ਦਿੱਤਾ। ਅੱਜ ਲੋਕ ਉਹਨਾਂ ਗੱਲਾਂ ਤੋਂ ਵਾਂਝੇ ਨੇ। ਔਰ ਨੌਜਵਾਨਾਂ ਨੂੰ ਜੇ ਦਿੱਤਾ ਤਾਂ ਸਮੈਕ ਦੀਆਂ ਅਤੇ ਚਿੱਟੇ ਦੀਆਂ ਪੁੜੀਆਂ ਦਿੱਤੀਆਂ। ਅੱਜ ਨੌਜਵਾਨ ਨਸ਼ੇ 'ਚ ਗਲਤਾਨ ਹੁੰਦਾ ਜਾ ਰਿਹਾ ਹੈ। ਔਰ ਜੇ ਨੌਕਰੀਆਂ ਮਿਲ ਜਾਣਗੀਆਂ ਤਾਂ ਉਹ ਨੌਜਵਾਨ ਨਸ਼ੇ ਤੋਂ ਦੂਰ ਹੋਊਗਾ। ਔਰ ਮੇਰਾ ਕੰਮ ਹੈ ਕਿ ਜੀਰੇ ਹਲਕੇ ਨੂੰ ਨਸ਼ਾ ਮੁਕਤ ਕਰਨਾ। ਔਰ ਜਿੰਨਾ ਚਿਰ ਜੀਰਾ ਹਲਕਾ ਨਸ਼ਾ ਮੁਕਤ ਨਹੀਂ ਹੁੰਦਾ, ਉਨਾ ਚਿਰ ਨੌਜਵਾਨ ਅਤੇ ਸਾਡਾ ਜੀਰਾ ਤਰੱਕੀ ਨਹੀਂ ਕਰ ਸਕਦਾ। ਪਰ ਵਿਰੋਧੀ ਪਾਰਟੀ ਦਾ ਕਹਿਣਾ ਇਹ ਹੈ ਕਿ ਕੈਪਟਨ ਸਾਹਿਬ ਜਿਹੜੀ ਇਹ ਗੱਲ ਕਰ ਰਹੇ ਹਾਂ, ਇੱਕ ਘਰ ਦੇ ਵਿੱਚ ਇੱਕ ਨੌਕਰੀ ਦੇਣਾ ਇਹ ਪੋਸੀਬਲ ਨਹੀਂ ਹੈ, ਕਿਉਂਕਿ ਇੰਨੀਆਂ ਸਾਰੀਆਂ ਨੌਕਰੀਆਂ ਕਿਸ ਤਰ੍ਹਾਂ ਆਪਾਂ ਮੈਨੇਜ ਕਰਾਂਗੇ ਜਦਕਿ ਸਰਕਾਰ ਪਹਿਲਾਂ ਹੀ ਘਾਟੇ ਚੱਲਦੀ। ਸਰਕਾਰ ਦਾ ਤਾਂ ਇਹਨਾਂ ਨੇ ਦੁਆਲਾ ਕੱਢ ਕੇ ਰੱਖ ਦਿੱਤਾ, ਪਰ ਕੈਪਟਨ ਸਾਹਿਬ ਬਹੁਤ ਸੂਝਵਾਨ ਨੇ। ਅੱਗੇ ਉਹ ਜਦੋਂ 5 ਸਾਲ CM ਰਹੇ ਤਾਂ ਤੁਸੀਂ ਵੇਖਿਆ ਕਿ ਉਹਨਾਂ ਨੇ ਜੋ ਵਾਅਦੇ ਕੀਤੇ ਉਹ ਪੂਰੇ ਕੀਤੇ, ਔਰ ਕਿਸਾਨਾਂ ਨੂੰ ਮੰਡੀਆਂ 'ਚ ਨਹੀਂ ਰੁਲਣ ਦਿੱਤਾ। ਔਰ ਅੱਜ ਇਹੋ ਜਿਹੀ ਪੁਜੀਸ਼ਨ ਹੋ ਗਈ ਬਾਦਲਾਂ ਦੇ ਰਾਜ ਦੇ ਵਿੱਚ, ਜੋ ਬਾਦਲ ਕਿਸਾਨਾਂ ਦੇ ਮਸੀਹੇ ਆਪਣੇ ਆਪ ਨੂੰ ਖਵਾਉਂਦੇ ਸੀ, ਅੱਜ ਤੁਸੀਂ ਦੇਖਿਆ ਕਿ ਕਿਸਾਨ ਮੰਡੀਆਂ 'ਚ ਰੁਲ ਰਿਹਾ ਹੈ। ਔਰ ਜਦੋਂ ਕਿਸਾਨ ਦੇ ਮਸ਼ੀਨ ਲੱਗਦੀ ਹੈ, ਸਭ ਤੋਂ ਪਹਿਲਾਂ ਉਹ ਆਪਣੇ ਮੁੰਡੇ ਨੂੰ ਜਾਂ ਪੋਤੇ ਨੂੰ ਕਹਿੰਦਾ ਹੈ, ਬਾਪੂ ਕਿ ਮੇਰਾ ਜਿਹੜਾ ਮੰਜਾ ਹੈ ਉਹ ਛੱਡ ਕੇ ਆ ਮੰਡੀ। ਔਰ ਲੋਕਾਂ ਕਈਆਂ ਕਿਸਾਨਾਂ ਨੇ ਦੀਵਾਲੀ ਵੀ ਜਿਹੜੀ ਆ ਉਹ ਮੰਡੀਆਂ 'ਚ ਮਨਾਈਏ। ਔਰ ਕੈਪਟਨ ਸਾਹਿਬ ਨੂੰ ਇਹ ਗੱਲਾਂ ਅਸੀਂ ਪੁੱਛੀਆਂ ਸੀ ਕਿ ਕੈਪਟਨ ਸਾਹਿਬ ਇਹ ਜਿਹੜਾ ਕਰਜ਼ਾ ਹੈ ਇਹ ਕਿਵੇਂ ਮਾਫ਼ ਕਰੋਗੇ, ਔਰ ਜਿਹੜੀ ਸਗਨ ਸਕੀਮ ਤੁਸੀਂ 51,000 ਰੁਪਈਆ ਕਹਿੰਦੇ ਜੇ, ਜਿਹੜਾ ਬੇਰੁਜ਼ਗਾਰੀ ਭੱਤਾ ਜਿਹੜਾ ਹੈ ਉਹ 2500 ਰੁਪਈਆ ਤੁਸੀਂ ਕਹਿੰਦੇ ਜੇ, ਜਿਹੜੀ ਪੈਨਸ਼ਨ 2000 ਰੁਪਈਆ ਕਹਿੰਦੇ ਜੇ। ਤਾਂ ਕੈਪਟਨ ਸਾਹਿਬ ਨੇ ਦੱਸਿਆ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਲੋਟੂ ਟੋਲਾ ਹੈ, ਚਾਹੇ BJP ਆ ਚਾਹੇ ਅਕਾਲੀ ਦਲ ਆ, 16 ਲੱਖ ਕਰੋੜ ਰੁਪਈਆ ਜਿਹੜਾ ਅਸੀਂ ਪਾਣੀ ਦਾ ਲੈਣਾ ਹੈ ਰਾਜਸਥਾਨ ਤੋਂ, ਜਿਹੜਾ ਕਿ ਇਹਨਾਂ ਨੇ ਮੋਦੀ ਕਰਕੇ ਮੰਗਿਆ ਨਹੀਂ। ਔਰ ਸਭ ਤੋਂ ਪਹਿਲਾਂ ਜੇ ਸਰਕਾਰ ਬਣੀ ਅਸੀਂ ਉਹਨਾਂ ਨੂੰ ਪਿਆਰ ਨਾਲ ਲੈਟਰ ਲਿਖਾਂਗੇ, ਔਰ ਉਹ ਜਿਹੜੀ ਆਪਦੇ ਪੈਸੇ ਨੇ ਜੋ ਹੱਕ ਬਣਦਾ ਹੈ ਪੰਜਾਬ ਦਾ ਉਹ ਲਵਾਂਗੇ। ਜੇ ਪਹਿਲੀ ਕਿਸ਼ਤ ਵੀ ਆ ਗਈ ਤਾਂ ਮੈਂ ਇਹ ਗੱਲ ਕਹਿੰਦਾ ਵਾਂ ਕਿ ਸਾਰਿਆਂ ਦੇ ਕਰਜ਼ੇ ਵੀ ਲੈ ਜਾਣਗੇ, ਔਰ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲ ਜਾਏਗਾ, ਔਰ ਜਿਨ੍ਹਾਂ ਦੀਆਂ ਸਗਨ ਸਕੀਮਾਂ ਰੁਕੀਆਂ ਨੇ ਉਹ ਵੀ ਮਿਲ ਜਾਣਗੀਆਂ। ਪਰ ਹਮੇਸ਼ਾ ਫਿਰ ਕੈਪਟਨ ਸਾਹਿਬ ਤੋਂ ਇੱਕ ਇਲਜ਼ਾਮ ਲੱਗਦਾ ਰਿਹਾ ਕਿ ਉਹ ਆਪਣੇ MLA ਆਪਣੇ ਵਿਧਾਇਕਾਂ ਨੂੰ ਵੀ ਟਾਈਮ ਨਹੀਂ ਦਿੰਦੇ ਅਤੇ ਆਮ ਜਨਤਾ ਨੂੰ ਕਿਵੇਂ ਮਿਲਣਗੇ, ਤੁਸੀਂ ਇਸ ਨਾਲ ਸਹਿਮਤ ਹੋ ਗੱਲ ਨੂੰ ਵੀ ਉਹ ਟਾਈਮ ਨਹੀਂ ਦਿੰਦੇ? ਬਿਲਕੁਲ ਨਹੀਂ ਮੈਂ ਇਸ ਗੱਲ ਨਾਲ ਸਹਿਮਤ, ਕਿਉਂਕਿ ਕੈਪਟਨ ਸਾਹਿਬ ਨੂੰ ਜਦੋਂ ਵੀ ਤੁਸੀਂ ਮਿਲਣਾ ਚਾਹੋ ਮਿਲ ਸਕਦੇ ਜੇ। ਪਰ ਇਹ ਆ ਕਿ ਅਸੀਂ ਇੱਕ ਗੱਲ ਨੂੰ ਸੋਚਣਾ ਚਾਹੀਦਾ ਹੈ ਕਿ ਕੈਪਟਨ ਸਾਹਿਬ ਜੇ BG ਚੱਲਦੇ ਨੇ, ਜੇ ਅੱਜ ਉਹ ਦਿੱਲੀ ਨੇ ਅਤੇ ਜਿਸ ਦਿਨ ਕੈਪਟਨ ਸਾਹਿਬ ਚੰਡੀਗੜ੍ਹ ਆਉਂਦੇ ਨੇ ਦਫ਼ਤਰ ਬੈਠਦੇ ਨੇ, ਉਦਨ ਸਾਰੇ MLA ਨੂੰ ਮਿਲਦੇ ਨੇ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਸ ਦੀ ਜਿਉਂਦੀ ਜਾਗਦੀ ਮਿਸਾਲ ਤੁਹਾਡੇ ਸਾਹਮਣੇ ਆ। ਅੱਜ ਮੇਰੀ 35 ਸਾਲ ਦੀ ਉਮਰ ਆ, ਔਰ 35 ਸਾਲ ਦੀ ਉਮਰ ਦੇ ਵਿੱਚ ਕੋਈ ਸਰਪੰਚ ਬਣਨ ਦੀ ਨਹੀਂ ਸੋਚਦਾ। ਅੱਜ ਕਾਂਗਰਸ ਪਾਰਟੀ ਨੇ, ਰਾਹੁਲ ਗਾਂਧੀ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਜੇ 35 ਸਾਲ ਦੇ ਮੁੰਡੇ ਨੂੰ ਟਿਕਟ ਦੇ ਕੇ ਹਲਕੇ ਦੇ ਵਿੱਚ ਸੇਵਾ ਕਰਨ ਲਈ ਭੇਜਿਆ, ਅਤੇ ਜੇ ਕੈਪਟਨ ਸਾਹਿਬ ਮੈਨੂੰ ਮਿਲਦੇ ਸੀ, ਕੈਪਟਨ ਸਾਹਿਬ ਕੋਲ ਮੇਰੀ ਰਿਪੋਰਟ ਜਾਂਦੀ ਸੀ, ਰਾਜਾ ਵੜਿੰਗ ਜੀ ਕੋਲ ਮੇਰੀ ਰਿਪੋਰਟ ਜਾਂਦੀ ਸੀ, ਅੱਜ ਇਹਨਾਂ ਰਿਪੋਰਟਾਂ ਦੀ ਬਦੌਲਤ ਔਰ ਉਹਨਾਂ ਦੇ ਮਿਲਣਸਾਰ ਹੋਣ ਦੀ ਬਦੌਲਤ ਅੱਜ ਮੈਨੂੰ ਟਿਕਟ ਦਿੱਤੀ ਗਈ ਹੈ। ਔਰ ਇਹ ਜਿਹੜੀ ਇਹ ਬਿਆਨਬਾਜ਼ੀ ਅਕਾਲੀ ਕਰਦੇ ਨੇ, ਇਹ ਬਿਲਕੁਲ ਬੇਤੁਕੀ ਬਿਆਨਬਾਜ਼ੀ ਹੈ। ਹੁਣ ਗੱਲ ਕਰਦੇ ਹਾਂ ਜੀ ਤੀਸਰੀ ਪਾਰਟੀ ਦੀ, ਕਿਉਂਕਿ ਪਹਿਲਾਂ ਅਕਸਰ ਮੁਕਾਬਲਾ ਹੁੰਦਾ ਸੀ ਕਾਂਗਰਸ ਅਕਾਲੀ ਦਲ ਦੇ ਵਿੱਚ, ਹੁਣ ਮੁਕਾਬਲਾ ਹੋ ਰਿਹਾ, ਇੱਕ ਤੀਜਾ ਤਿੰਨਕੋਣਾ ਮੁਕਾਬਲਾ ਕਹਿ ਰਹੇ ਕਿ ਆਮ ਆਦਮੀ ਪਾਰਟੀ ਆਈ ਹੈ, ਉਸ ਬਾਰੇ ਤੁਸੀਂ ਕੀ ਸੋਚਦੇ ਹੋ, ਕਿੰਨਾ ਕੁ ਤੁਸੀਂ ਉਹਨੂੰ ਸੋਚਦੇ ਹੋ ਕਿ ਉਹ ਕੰਪੀਟੀਸ਼ਨ ਦੇ ਵਿੱਚ ਤੁਹਾਡੇ ਨਾਲ ਖੜੂਗੀ? ਆਮ ਆਦਮੀ ਪਾਰਟੀ ਜਿਹੜੀ ਹੈ ਉਹ ਝੂਠਾਂ ਦਾ ਪਲੰਦਾ ਹੈ, ਔਰ ਉਹਨਾਂ ਨੇ ਸਾਡੇ ਪੰਜਾਬ ਵਾਲਿਆਂ ਨਾਲ ਪਹਿਲਾਂ ਠੱਗੀ ਮਾਰੀ ਆ। ਉਹ ਠੱਗੀ ਕੀ ਕਿ ਜਦੋਂ MP ਦੀਆਂ ਵੋਟਾਂ ਪਈਆਂ, ਉਹ MP ਦੀਆਂ ਜਿਸ ਉਮੀਦਵਾਰ ਨੂੰ ਵੋਟਾਂ ਪਈਆਂ, ਚਾਹੇ ਹਾਰ ਗਿਆ ਚਾਹੇ ਜਿੱਤ ਗਿਆ, ਪਰ ਉਹਦਾ ਫਰਜ਼ ਬਣਦਾ ਹੈ ਕਿ ਜਿਹਨੂੰ ਪਾਰਟੀ ਟਿਕਟ ਦੇਵੇ ਉਹ ਲੋਕਾਂ ਦੀ ਸੇਵਾ ਕਰੇ। ਔਰ ਤੁਸੀਂ ਜੀਰੇ ਹਲਕੇ ਵਾਲਿਆਂ ਨੂੰ ਪੁੱਛਿਆ ਜੇ ਕਿ ਜਦੋਂ
ਐਮ ਪੀ ਦਾ ਉਮੀਦਵਾਰ ਜਿਹਨੂੰ ਵੋਟਾਂ ਪਈਆਂ ਸੀ ਉਹ ਉਮੀਦਵਾਰ ਕਦੀ ਜੀਰੇ ਦੇ ਵਿੱਚ ਨਹੀਂ ਆਇਆ ਔਰ ਲੋਕਾਂ ਨੂੰ ਉਹਦਾ ਨਾਂ ਵੀ ਨਹੀਂ ਪਤਾ ਹੋਵੇਗਾ ਔਰ ਇਸ ਕਰਕੇ ਇਹਨਾਂ ਦਾ ਕੰਮ ਹੈ ਝੂਠ ਮਾਰਨਾ ਔਰ ਪਾਣੀ ਦੇ ਮੁੱਦੇ ਦੇ ਉੱਤੇ ਤੁਸੀਂ ਸਾਰੇ ਜਾਣਦੇ ਜੇ ਇਹ ਬਾਦਲ ਵੀ ਸਿਆਸਤ ਕਰਦਾ ਸੀ ਕਹਿੰਦਾ ਸੀ ਜੇ ਸੁਪਰੀਮ ਕੋਰਟ ਨੇ ਪਾਣੀ ਦੇ ਮੁੱਦਾ ਸਾਡੇ ਪੰਜਾਬ ਦੇ ਖਿਲਾਫ਼ ਕਰਤਾ ਅਸਤੀਫੇ ਦਿਆਂਗੇ ਔਰ ਅਸਤੀਫੇ ਦਿੱਤੇ ਕਿੰਨੇ ਉਹ ਤੁਸੀਂ ਸਾਰੇ ਜਾਣਦੇ ਜੇ ਕੈਪਟਨ ਸਾਹਿਬ ਨੇ ਅਸਤੀਫਾ ਦਿੱਤਾ ਉਹਨਾਂ ਦੇ 44 MLA ਨੇ ਅਸਤੀਫੇ ਦਿੱਤੇ ਔਰ ਇਹ ਜਿਹੜਾ ਕੇਜਰੀਵਾਲ ਆ ਉਹ ਮਜੀਠੇ 'ਚ ਆਇਆ ਔਰ ਤੁਸੀਂ TV ਚੈਨਲ ਵਾਲਿਓ ਔਰ ਸਾਰੀ ਪ੍ਰੈਸ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਕਿ ਪਾਣੀ ਦੇ ਮੁੱਦੇ 'ਤੇ ਕੀ ਕਹਿਣਾ ਚਾਹੁੰਦੇ ਹੋ ਉਹ ਕੇਜਰੀਵਾਲ ਨੇ ਕਿਹਾ ਕਿ ਪਾਣੀ ਜਿਹੜਾ ਉਹ ਪੰਜਾਬ ਨੂੰ ਘੱਟ ਜ਼ਰੂਰਤ ਆ ਹਰਿਆਣੇ ਨੂੰ ਅਤੇ ਦਿੱਲੀ ਨੂੰ ਜ਼ਿਆਦਾ ਜ਼ਰੂਰਤ ਆ ਔਰ ਤੁਸੀਂ ਜਾਣਦੇ ਜੇ ਜਿਹੜਾ ਸਾਡੇ ਤੋਂ ਸਾਡਾ ਪਾਣੀ ਲਿਜਾਣ ਨੂੰ ਫਿਰਦਾ ਔਰ ਹਰ ਇੱਕ ਨੂੰ ਪਤਾ ਅੱਜ ਜਿਹਨੇ ਝਾੜੂ ਦਾ ਝੰਡਾ ਲਾਇਆ ਮੈਂ ਇਹ ਗੱਲ ਕਹਿੰਦਾ ਉਹਦੀ ਮੇਰੇ ਹਿਸਾਬ ਨਾਲ ਆਪਦੇ ਘਰੇ ਬਣਦੀ ਨਹੀਂ ਭਗਵੰਤ ਮਾਨ ਤਰ੍ਹਾਂ ਕਿਉਂਕਿ ਜੇ ਬਣਦੀ ਹੋਵੇ ਤਾਂ ਘੱਟੋ ਘੱਟ ਘਰੋਂ ਆਪਾਂ ਪੁੱਛ ਲੈਂਦੇ ਹਾਂ ਕਿ ਝਾੜੂ ਦੀ ਮਨਿਆਦ ਕਿੰਨੀ ਹੁੰਦੀ ਹੈ ਔਰ ਇਹਨਾਂ ਦੀ ਮਨਿਆਦ ਜਿਹੜੀ ਆ ਉਹ ਝਾੜੂ ਤਰ੍ਹਾਂ 15 ਦਿਨ ਤੋਂ ਵੱਧ ਹੈ ਨਹੀਂ ਗੀ ਕਿਉਂਕਿ 15 ਦਿਨਾਂ ਬਾਅਦ ਝਾੜੂ ਸਾਰਾ ਘੱਸ ਜਾਂਦਾ ਹੈ ਔਰ ਤੀਲਾ ਤੀਲਾ ਹੋ ਜਾਂਦਾ ਹੈ ਔਰ ਤੁਸੀਂ ਇਹ ਵੇਖਿਆ ਕਿ ਅੱਗੇ ਨਾਲੋਂ ਇਹਨਾਂ ਦਾ ਗ੍ਰਾਫ ਜਿਹੜਾ ਉਹ ਡਾਊਨ ਗਿਆ ਹੈ ਔਰ ਸਾਡਾ ਜੇ ਮੁਕਾਬਲਾ ਹੈ ਅਤੇ ਉਹ ਸਾਡਾ ਮੁਕਾਬਲਾ ਅਕਾਲੀ ਦਲ ਨਾਲ ਆ ਔਰ ਅਕਾਲੀ ਦਲ ਵੀ ਬਹੁਤ ਪਿੱਛੇ ਚੱਲ ਰਿਹਾ ਹੈ ਇਹ ਮੈਂ ਤੁਸੀਂ ਸਾਡੇ ਹਲਕੇ ਦੇ ਵਿੱਚੋਂ ਜਿੰਦੇ ਤੋਂ ਮਰਜ਼ੀ ਪੁੱਛ ਸਕਦੇ ਜੇ ਬਸ ਅਖੀਰਲਾ ਸਵਾਲ ਜੀ ਕਿ ਜੇਕਰ ਤੁਸੀਂ ਜਿੱਤ ਕੇ ਆ ਜਾਂਦੇ ਵਿਧਾਨ ਸਭਾ 'ਚ ਪਹੁੰਚਦੇ ਹੋ ਤਾਂ ਤੁਸੀਂ ਸਭ ਤੋਂ ਪਹਿਲੇ 3 ਕੰਮ ਉਹ ਕਿਹੜੇ ਕਰੋਗੇ ਆਪਣੇ ਹਲਕੇ ਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂਗਾ ਉਹ ਹਲਕੇ ਦੀ ਉਹ ਸਾਡੇ ਸਮੁੱਚੇ ਪੰਜਾਬ ਦੀ ਸਮੁੱਚੇ ਵਰਲਡ ਦੀ ਗੱਲ ਆ ਔਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੇਰਾ ਜੋ ਵਾਅਦਾ ਹੈ ਲੋਕਾਂ ਦੇ ਨਾਲ ਉਹ ਇਹ ਆ ਕਿ ਮੈਂ ਕਚਹਿਰੀਆਂ ਵਾਪਸ ਲੈ ਕੇ ਆਵਾਂਗਾ ਔਰ ਕਚਹਿਰੀਆਂ ਵਾਲੀ ਜਗ੍ਹਾ 'ਤੇ ਕਿਉਂਕਿ ਸਾਡੇ ਕਾਲਜ ਦੀ ਬਹੁਤ ਦਿੱਕਤ ਆ ਸਾਡੇ ਬੱਚੇ ਮੋਗੇ ਪੜ੍ਹਨ ਜਾਂਦੇ ਆ ਸਾਡੇ ਬੱਚੇ ਫਿਰੋਜ਼ਪੁਰ ਪੜ੍ਹਦੇ ਆ ਲੁਧਿਆਣੇ ਪੜ੍ਹਦੇ ਆ ਔਰ ਮੈਂ ਕੈਪਟਨ ਸਾਹਿਬ ਤੋਂ ਵਧੀਆ ਡਿਗਰੀ ਕਾਲਜ ਜਿਹੜਾ ਉਹ ਜਿਹੜੀਆਂ ਨਵੀਆਂ ਕਚਹਿਰੀਆਂ ਨੇ ਉਸ ਜਗ੍ਹਾ 'ਤੇ ਬਣਾਵਾਂਗਾ ਔਰ ਉਸ ਤੋਂ ਬਾਅਦ ਤੀਜਾ ਇਹ ਆ ਆਪਣੇ ਹਲਕੇ ਦਾ ਵਿਕਾਸ ਕਰਾਂਗਾ ਔਰ ਆਉਣ ਵਾਲਾ ਜਿਹੜਾ ਇਲੈਕਸ਼ਨ ਹੋਵੇਗਾ MLA ਦਾ ਉਹ ਕੰਮ ਬੋਲਿਆ ਕਰਨਗੇ ਕੰਮਾਂ ਦੇ ਆਧਾਰ 'ਤੇ ਵੋਟ ਮੰਗਾਂਗਾ ਇਹ ਮੈਂ ਵਾਅਦਾ ਕੀਤਾ ਹੈ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ